कतल दा केस पवाया उत्ते पाया सीगा। उहदे तों बाद 11 साल की सज़ा सुनाई आ, 95 लाख रुपया ब्लड मनी पाई उन्होंने। हजे तक असीं उहदा मूँह नहीं देख सके। 14 साल हो गए जेल 'च बंद होए नूं। पहला इन्हां दी 4 किले जमीन सीगी दानेवाल दे विच, जिहड़ी कि सारी मुंडे दे पिछे 11 सालां दे विच विक चुकी आ। हुण इन्हां कोल 2-2.5 कनालां जमीन जिहड़ी उत्थे साडे पिंड दे विच हैगी आ, सारी जमीन वेच के इन्हां ने पैसे अपने जिहड़े वकीलां नूं उत्थे देते आ, ते कोई भी इन्हां नूं राहत नहीं मिली। सुषमा स्वराज विदेश मंत्री सीगे, ਉਹਨਾਂ ਦੀ ਡੈਥ ਹੋਣ ਤੋਂ ਪਹਿਲਾਂ ਜੀ ਉਹਨਾਂ ਕੋਲ ਅਸੀਂ 6-7 ਵਾਰੀ ਗਏ। ਉਹ ਸਾਨੂੰ ਹਰ ਵਾਰੀ ਕਹਿ ਦਿੰਦੇ ਸੀਗੇ ਤੁਸੀਂ 1 ਮਹੀਨੇ ਪਿੱਛੋਂ ਆਇਓ, ਉਹਨਾਂ ਦੇ ਜਿਹੜੇ ਸੈਕਟਰੀ ਸਾਹਿਬ ਉਹਨਾਂ ਨਾਲ ਸਾਡੀ ਗੱਲ ਹੁੰਦੀ ਰਹੀ ਜਾਂ ਉਹਨਾਂ ਦੇ ਪੀਏ ਨਾਲ ਗੱਲ ਹੁੰਦੀ ਰਹੀ ਸਾਰੀ, ਉਹਨਾਂ ਕੋਲ ਜਾ ਕੇ ਉੱਥੇ ਜਿਹੜਾ ਇਹਨਾਂ ਦਾ ਆਫਿਸ ਆ ਬੈਠੇ ਰਹਿੰਦੇ ਸੀਗੇ। ਅਤੇ ਬਸ ਲਾਸਟ ਮੂਮੈਂਟ ਉਹਨਾਂ ਨੇ ਵੀ ਸਾਨੂੰ ਜਵਾਬ ਦੇ ਦਿੱਤਾ ਕਿ ਅਸੀਂ ਇਹ ਨਹੀਂ ਕੁਛ ਕਰ ਸਕਦੇ, ਅਤੇ ਉਹ ਗੌਰਮੈਂਟ ਆ, ਤੁਹਾਨੂੰ ਉੱਥੇ ਬਲੱਡ ਮਨੀ ਦੇਣੀ ਹੀ ਪੈਣੀ ਹੈ। ਇਹ ਮੁੰਡਾ ਸੀਗਾ ਉਮਰ ਦੇ ਵਿੱਚ ਘੱਟ ਸੀਗਾ, ਵੀ ਇਹਨੂੰ ਉਨੀ ਸਮਝ ਵੀ ਹੈ ਨਹੀਂ ਸੀ। ਉਹਨਾਂ 16 ਮੁੰਡਿਆਂ ਨੇ ਇਹਦਾ ਨਾਂ ਲੈਤਾ, ਜਿਹਦਾ ਕਰਕੇ ਇਹ ਉੱਥੇ ਨਿਹੱਕ ਫਸ ਗਿਆ। ਮੈਂ ਹਰ ਸਾਲ ਲੱਕੜੀ ਬੰਨ੍ਹਣ ਆਉਂਦੀ ਹਾਂ, ਲੱਕੜੀ ਬੰਨ ਕਿਹਦੇ ਬੰਨਣੀ, ਮੈਂ ਉੱਥੇ ਬੂਹੇ 'ਤੇ ਮੁੜ ਜਾਂਦੀ ਹਾਂ। ਕੋਈ ਨਹੀਂ ਸਹਾਰਾ ਲੱਕੜੀ ਬੰਨ੍ਹਣ ਦਾ, ਕੋਈ ਨਹੀਂ, ਮੈਂ ਉੱਦਾਂ ਹੀ ਮੁੜ ਜਾਂਦੀ ਹਾਂ। ਮਾਂ ਪਿਓ ਮੇਰੇ ਬਿਮਾਰ ਰਹਿੰਦੇ ਆ। 14 ਸਾਲ ਹੋ ਗਿਆ ਬੱਚੇ ਦਾ ਮੂੰਹ ਦੇਖੇ ਨੂੰ, ਕਿਤੇ ਸਾਡਾ ਅਸੀਂ ਵੀ ਬੱਚੇ ਦਾ ਮੂੰਹ ਦੇਖ ਲਈਏ, ਬੱਚਾ ਸਾਡਾ ਮੂੰਹ ਦੇਖ ਲਵੇ। ਸਾਡੇ ਤਾਂ ਗੋਡਿਆਂ ਤੋਂ ਬੈਠੇ ਆ, ਅੱਜ ਤਾਂ ਸ਼ੂਗਰ ਹੋਈ ਆ, ਸਾਰ ਬਿਮਾਰੀਆਂ ਖਿਲਰੀਆਂ ਆ। ਪਿੰਡ ਦਾਨੇਵਾਲ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦਾ ਇੱਕ ਨੌਜਵਾਨ ਪਰਵਿੰਦਰਜੀਤ ਸਿੰਘ, ਜੋ ਕਿ ਰੋਟੀ ਰੋਜ਼ੀ ਦੀ ਤਲਾਸ਼ ਦੇ ਵਿੱਚ ਆਪਣੇ ਮਾਪਿਆਂ ਦਾ ਸਹਾਰਾ ਬਣਨ ਵਾਸਤੇ ਛੋਟੀ ਉਮਰ ਦੇ ਵਿੱਚ ਹੀ, ਤਕਰੀਬਨ 18 ਸਾਲ ਦੀ ਉਮਰ ਦੇ ਵਿੱਚ ਉਹ ਦੁਬਈ ਚਲਾ ਜਾਂਦਾ, ਜਿੱਥੇ ਉਹਦੇ ਯਾਰਾਂ ਦੋਸਤਾਂ ਦੇ ਨਾਲ ਉਹਦੇ ਉੱਤੇ ਇੱਕ ਕਤਲ ਕੇਸ ਪੈ ਜਾਂਦਾ, ਅਤੇ ਉਹਨੂੰ ਤਕਰੀਬਨ 11 ਸਾਲ ਦੀ ਸਜ਼ਾ ਹੁੰਦੀ ਹੈ। 11 ਸਾਲ ਬੀਤਣ ਤੋਂ ਬਾਅਦ ਵੀ ਤਕਰੀਬਨ 3 ਸਾਲ ਹੋਰ ਉੱਪਰ ਬੀਤ ਜਾਂਦੇ ਆ, ਕਿ ਉਸ ਨੂੰ ਹੁਣ ਤੱਕ ਗਏ 14 ਸਾਲ ਬੀਤ ਜਾਂਦੇ ਆ। ਇਹ 14 ਸਾਲਾਂ ਦਾ ਸਮਾਂ ਜਿਹੜਾ ਇੱਕ ਜਿਸ ਮਾਂ ਨੇ ਆਪਣੇ ਕੁੱਖੋਂ ਜਿਸ ਬੱਚੇ ਨੂੰ ਜਨਮ ਦਿੱਤਾ, ਉਸ ਦੀਆਂ ਆਂਦਰਾਂ ਜਾਣਦੀਆਂ ਕਿ ਉਹ 14 ਸਾਲਾਂ ਦਾ ਸਮਾਂ ਕਿਸ ਤਰ੍ਹਾਂ ਕੱਢਿਆ ਹੋਵੇਗਾ, ਜਿਹਦੀਆਂ ਬੁੱਢੀਆਂ ਅੱਖਾਂ ਹੁਣ ਵੀ ਆਪਣੇ ਪੁੱਤ ਨੂੰ ਉਡੀਕ ਕਰ ਰਹੀਆਂ ਕਿ ਕਿਸ ਸਮੇਂ ਮੇਰਾ ਪੁੱਤ ਬਾਹਰਲੇ ਦਰਵਾਜ਼ੇ 'ਚੋਂ ਆਊਗਾ ਅਤੇ ਮੈਨੂੰ ਆਪਣੇ ਗੱਲ ਨਾਲ ਲਾਊਗਾ। ਬਹੁਤ ਹੀ ਦੁੱਖਦਾਈ ਇਹ ਜਿਹੜਾ ਸਮਾਂ ਬਤੀਤ ਕਰ ਰਹੇ ਆ, ਅਤੇ ਅਸੀਂ ਇਹਨਾਂ ਦੇ ਕੋਲ ਅੱਜ ਪਹੁੰਚੇ ਹਾਂ, ਅਸੀਂ ਇਹਨਾਂ ਦੇ ਦੁੱਖ ਦੇ ਸਾਂਝੀ ਬਣਨ ਵਾਸਤੇ ਇਹਨਾਂ ਕੋਲ ਪਹੁੰਚੇ ਹਾਂ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਹੈ ਸਾਰੀ ਕਹਾਣੀ। ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹੋਇਆ ਸੀਗਾ ਪਰਮਿੰਦਰ ਨੂੰ, ਕੀ ਹੋਇਆ ਸੀ? ਹੋਏ ਤਾਂ ਬੇਟੇ ਕੁਛ ਨਹੀਂ ਪਤਾ, ਘਰੋਂ ਟੂਰ ਦਿੱਤਾ, ਸਾਨੂੰ ਪਤਾ ਨਹੀਂ ਉੱਥੇ ਕੀ ਹੋਇਆ ਵਾ। ਕਤਲ ਦਾ ਕੇਸ ਪਵਾਇਆ ਉੱਤੇ ਪਾਇਆ ਸੀਗਾ, ਉਹਦੇ ਤੋਂ ਬਾਅਦ 11 ਸਾਲ ਦੀ ਸਜ਼ਾ ਸੁਣਾਈ ਆ, 95 ਲੱਖ ਰੁਪਈਆ ਬਲੱਡ ਮਨੀ ਪਾਈ ਉਹਨਾਂ ਨੇ। ਹਜੇ ਤੱਕ ਅਸੀਂ ਉਹਦਾ ਮੂੰਹ ਨਹੀਂ ਦੇਖ ਸਕੇ। 14 ਸਾਲ ਹੋ ਗਏ ਜੇਲ੍ਹ 'ਚ ਬੰਦ ਹੋਏ ਨੂੰ, ਅਤੇ ਉਦੋਂ ਦਾ ਅਸੀਂ ਇੱਦਾਂ ਧੱਕੇ ਖਾ ਖਾ ਕੇ ਸਰਕਾਰਾਂ ਕੋਲ ਗਏ ਹਾਂ, ਕਿਸੇ ਨੇ ਹਜੇ ਤੱਕ ਸੁਣੀ ਨਹੀਂ ਸਾਡੀ। ਹੁਣ ਇਹੋ ਹੀ ਆ ਸਾਡੀ ਅਰਦਾਸ ਸਰਕਾਰਾਂ ਮੂਹਰੇ, ਵੀ ਸਾਡਾ ਪੁੱਤ ਘਰ ਲਿਆਂਦਾ ਜਾਵੇ, ਸਾਡੇ ਢਿੱਡ ਨਾਲ ਆਇਆ ਜਾਵੇ, ਲਿਆ ਕੇ ਸਾਡਾ ਜਿਉਂਦਿਆਂ ਜਿਉਂਦਿਆਂ ਦਾ ਮੂੰਹ ਦੇਖ ਲਈਏ, ਅਸੀਂ ਉਹਦਾ ਦੇਖ ਲਈਏ। ਨਹੀਂ ਤਾਂ ਸਾਡਾ ਸਹਾਰਾ ਹੈ ਨਹੀਂ ਬੇਟਾ, ਕੋਈ ਵੀ ਉਹੋ ਹੀ ਕੁਛ ਆ, ਕਮਾ ਕੇ ਦੇਣ ਵਾਲਾ, ਸਾਨੂੰ ਰੋਟੀ ਦੇਣ ਵਾਲਾ, ਪਾਣੀ ਦਾ ਘੁੱਟ ਦੇਣ ਵਾਲਾ, ਉਹੋ ਹੀ ਕੁਛ ਆ ਸਾਡੇ ਕੋਲ, ਹੋਰ ਸਾਡਾ ਕੁਛ ਨਹੀਂ ਗਾ। ਪਰ ਸਾਨੂੰ ਬਸ ਪੁੱਤ ਚਾਹੀਦਾ, ਸਾਡੇ ਘਰ ਲਿਆਂਦਾ ਜਾਵੇ, ਸਾਨੂੰ ਇੱਕ ਵਾਰੀ ਆ ਕੇ ਜਿਉਂਦਿਆਂ ਜਿਉਂਦਿਆਂ ਨੂੰ ਮਿਲ ਲਵੇ। ਇਹ ਹੀ ਸਾਡੀ ਆ ਮਿਹਨਤ, ਸਾਹਿਬ ਦੇ ਮੂਹਰੇ, ਭੈਣਾਂ ਭਰਾਵਾਂ ਦੇ ਮੂਹਰੇ, ਦੇਸਾਂ ਵਿਦੇਸ਼ਾਂ ਦੇ ਵਿੱਚ, ਸਾਰਿਆਂ ਦੇ ਮੂਹਰੇ ਇਹੋ ਹੀ ਸਾਡੀ ਮਿਹਨਤ ਆ ਬਸ। ਮਾਂ ਇੱਕ ਜਿਹੜੀ ਰੋ ਰੋ ਕੇ ਆਪਣੇ ਦੁੱਖੜੇ ਸੁਣਾ ਰਹੀ ਆ, ਪੂਰਾ ਪਿੰਡ ਵੀ ਨਾਲ ਆ, ਸਾਰਾ ਪਿੰਡ ਚਾਹੁੰਦਾ ਵਾ ਕਿ ਪਰਮਿੰਦਰ ਵਾਪਸ ਆਪਣੇ ਘਰ ਆਵੇ, ਆਪਣੀ ਮਾਂ ਦੇ ਨਾਲ ਗੱਲ ਵੱਕੜੀ ਪਾਵੇ। ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਕਮਲਜੀਤ ਸਿੰਘ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਕਮਲਜੀਤ ਸਿੰਘ ਜੀ, ਤੁਸੀਂ ਇਹਦੇ ਬਾਰੇ ਸਾਨੂੰ ਕੁਛ ਦੱਸੋ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मैं कमलजीत सिंह पिंड दानेवाल तो मेरी वाइफ सरपंच है हरकीरत कौर तो असी कुछ समा पहला जिहड़ा इन्हां दा मुंडा परविंदर सिंह विदेश गया सीगा दुबई पैसे कमाउण वास्ते तो वो असी पहला सानू पता नहीं सीगा भी वह फड़िया किहड़े केस दे विच हैगा तो सानू इउं लगदा सी इहने उत्थे कोई गलत काम कीता होणा वा जिहड़ा इहनू इन्नी सज़ा मिली आ पर जदों सानू इन्हां दे घरदिआं ने रो के सारा कुछ दस्सिया भी साडे मुंडे नाल इदां दी कोई हैपनेस उत्थे होई आ क्योंकि ये टोटल 17 मुंडे फड़ होए सीगे 17 दे विच्चों जदों इहदे नाल दे मुंडे 16 जिहड़े आ उह वापस आ जांदे आ जे कल्ला उत्थे रहि जांदा उहनां 17 मुंडिआं चों ही सानू इक मुंडा खबर दिंदा कि इह 17 जिहड़े फड़ होए सीगे सारे कतल केस दे विच फड़ होए सीगे पर कतल इन्हां दे कोलों किसे कोलों नहीं सी होया तो दूजे मुंडिया ने जिहड़े इहदे नाल दे सी उन्होंने अपनी जान बचाउण दा करके वह सरकारी गवाह बन गए उत्थे दुबई दे विच उन्हां नूं किसी ने वकील ने दस्ता भी तुसीं जेकर सारे जणे इत्थे रहोगे तुहानूं सारिआं नूं सज़ा इदां बराबर ही मिलनी आ ते तुसीं इक दा किसी दा नाम लै दिओ ये मुंडा सीगा उम्र दे विच घट सीगा भी इहनूं उन्नी समझ भी है नहीं सी उन्हां 16 मुंडिया ने इहदा नाम लैता जिहदा करके ये उत्थे निहक्क फस गया तो असी फिर हौली हौली जो उतों के वकीलों ने गल की उन्होंने फिर सानू सारी कहानी दसी कि थोड़ा मुंडा नजायज़ फसया होया इतने उस तो उपरंत जो असी फिर ये बारे सोचना शुरू किया भी असी इनू किदा भी करके छड़ाइए फिर इतने जेडे साढ़े उत्थे सोर्स से उतों के वकीलों ने गल की फिर ये साढ़े तो पहला इन्ह की 4 किले जमीन सी दानेवाल जिहड़ी कि सारी की सारी मुंडे के पिछे 11 सालों के विक चुकी है हूँ इन्ह को 2-2.5 कनाला जमीन जी उड़े पिंड हैगी सारी जमीन वेच के इन्ह ने पैसे अपने जोड़े वकीलों उ देते आ तो कोई भी इन्हों राहत नहीं मिली तो जोड़े मुंडे पहला 11 साल की सज़ा उत्थे हुई सी वो जो सज़ा पूरी हो गई इन्हों आस से कि 11 साल पिछों छड़ देना जो 11 साल की सज़ा पूरी होगी फिर इन्होंने असी भी इन्हों होकर उत्थे किसी ने गल की तो जो फिर बाद कोर्ट केस जो जज ने जिदन फैसला सुना उन्होंने ब्लड मनी इनू पाती 95 लाख रुपया भी जेकर 95 लाख रुपया तुम सू दें तो असी फिर ये ताे मुंडे इतों छड़ा जेल के अदरवाइज उन्होंने नहीं छड़ना तो फिर जो असी उन्होंने पूछा भी केस की आ भी कि बंदा मरिया भी असी उन्होंने कोई कॉन्टैक्ट कर लेने फिर उन्होंने सानू दस्या कि साड़ी कोई कंप्लेट नहीं है इतने आई किसी परिवार वालों नहीं आई किसी सिर्फ उदा ही एक जस्ट गौरमेंट ने कतल मुंडा कोई डैथ हुई सी इन्हों के कमरे के लागे वो मुंडा पाकिस्तान से पाकिस्तान तो सगा पर उन्होंने घर वालों वालों कोई भी कंप्लेट नहीं की गई तो उतों की जी गौरमेंट आ जो के वकील आ उन्होंने सानू यह दसाया कि असं इन्होंने को 95 लाख रुपया लैके रख लेना असी वो 20 साल वेट करांगे होर 20 साल जिदों तो यह जेल के निकल गया तो जेकर उन्होंने घर का कोई ना कोई आ गया भी साडा मुंडा सीगा ये वेरीफाई हो गया तो असी 20 लाख जिहड़ा तुहाडे को ब्लड मनी 95 लाख लैनी असी उन्होंने दे देंगे नहीं तो 20 साल बाद जिहड़ा वा पैसा ये तुहानू इदां वापस कर दिता जाऊगा भी ये केस झूठा समझा जाऊगा तो वो वजह जो असी देखिया मुंडे ना उत्थे एक दो बंदे जेल के मिलन गए उन्होंने भी गल की वकीलों को भी पता लग्या जेडे ये नाल मुंडे फस गए थे उन्होंने सानू जो सारी कहानी दसी कि मुंडा ये बेकसूर सीगा कमरे के सुत्ता पिया सीगा ये जो कि उत्थे 2 दिन पहला कोई कतल होया सीगा वो इहदा नाम लैण दा करके ये तो झूठा कतल पा दिता गया तो जिदे वजों फिर असी थोड़ा ये सोचा कि सू 95 लाख रुपया इन्हों को कट्ठा कदी भी नहीं भाजी होना तो असी फिर अपने बिहाफ से पिंड वाल ने सारे ने कोई सलाह की चलो मैं महाराज की कृपा जिनी हिसाब के नाल मैं अपने को 15 लाख रुपया इन्हों देन का वादा किया तो मैं 15 लाख रुपया कट्ठा भी किया कि जेकर मैं इस टाइम मौजूदा सरपंच हाँ जी पिंड का भी मैं इन्ने करूँगा हो सकता साढ़े वाल देख के होर लोग भी कट्ठे जिहड़ा गरीब का मूँह आ कहिंदे गुरु की गोलक हुंदी है ना तो जे किसी गरीब की आप अज बांह फड़दे आ पर परमात्मा पता है किन्ना खुश होना तो इस करके असी तो साढ़े पिंड के होर भी जो NRI आ जां दूजे पिंड भी है पंजाब गौरमेंट भी हैगी सारे गाड़ी हाथ जोड़ के बेनती करते हैं कि जेकर मैनू इस चीज़ का पता हुंदा कि मुंडे ने उत्थे कोई कतल किया जां मुंडे कोलों उत्थे कोई गलती इदां दी हुई आ मैं कभी भी इस परिवार की मदद नहीं सी करनी भला जो मर्जी हो जाता सिर्फ एक सच्चाई दे राह ते तुरदिआं होइआं असी इस परिवार की मदद करते सगों सारे संसार विच वसदे पंजाबियों सारे NRI भरावां सारे जिन्ने साडे पंजाब वासी आ जां पंजाब तो बाहर भी स्टेटा वाले है उन्होंने सारे गाड़ी हाथ जोड़ के एक बेनती है कि यह साड़ी बेनती जरूर प्रवान कर कि इन्ह की आप मदद करिए 95 लाख रुपया पंजाब वास्ते या पंजाब तो बाहर जोड़े लोग रेंगे दूजिया स्टेटा वास्ते कुछ भी नहीं भाजी है जेकर इकट्ठा कर दिया तो हाँ जी नहीं सरकारी दरबारे ताड़ी कोई गल हुई किसी के नाल कोई मंत्री दे नाल जां किसी दे नाल इस मुद्दे के उत्ते कि साडा इन्हों का पुत जिहड़ा वा इन्हां नूं वापस मंगाया जाए है ना
तो क्योंकि हम 14 साल एक लंबा समा बीत चुका वा, बहुत लंबा समा है ना, तो किसी ना ताड़ी को सरकार किसी ना गल हुई? असी जी सुषमा स्वराज विदेश मंत्री सी, उन्होंने डैथ होने तो पहला जी उन्होंने को असी 6-7 वारी गए, वो सानू हर वारी कह देंगे सके तुम 1 महीने पिछों आयो, उन्होंने जेडे सैकटरी साहब उन्होंने साड़ी गल हों रही या उन्होंने पीए ना गल हों रही सही उन्होंने को जाके उ जरा इन्हों का ऑफिसा बैठे रेंदे सके, तो बस लास्ट मोमेंट उन्होंने भी सानू जवाब देता कि असी ये नहीं कुछ कर सकते, तो गौरमेंट आनू उ ब्लड मनी देनी ही पैनी है, उन्होंने सानू जवाब देता जी। उस तो बाद फिर असी सोचा भी चलो हुण जे नहीं कुछ कर सकते फिर साडा भाईचारा जिहड़े साडे पंजाबी भैण भरा वसदे आ विदेशां दे विच उन्हां अगे अरदास बेनती करके देखदे जी साडा 95 लाख रुपया इकट्ठा हो जावे। ठीक है जी, इन्हां दे आपां फादर साहब नाल इन्हां दे पिता जी नाल गल करांगे जिहड़े चलन फिरन तों भी लाचार ने, जिन्हां दा बहुत बुरा हाल आ क्योंकि सिर्फ एक पुत ही हुंदा वा जिहड़ा बुढ़ापे दा सहारा बनदा, जिहड़ा बुढ़ापे दे विच सहारा दिंदा वा, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ? ਜੀ ਮੈਂ ਸਾਡੀ ਇਹੋ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਡੀ ਇਹ ਅਰਦਾਸ ਫਰਿਆਦ ਅਰਦਾਸ ਹੈ ਵੀ ਸਾਡਾ ਬੱਚਾ ਸਾਡੇ ਸਾਰੀਆਂ ਸਰਕਾਰਾਂ ਮੂਹਰੇ ਇਹੋ ਹੀ ਬੇਨਤੀ ਆ ਵੀ ਸਾਡਾ ਬੱਚਾ ਜ਼ਰੂਰ ਸਾਨੂੰ ਸਾਡੇ ਢਾਡਾਂ ਲਿਆ ਕੇ ਲਾ ਦਿਓ, ਸਾਡੇ ਕਿਤੇ ਅਸੀਂ 14 ਸਾਲ ਹੋ ਗਏ ਬੱਚੇ ਦਾ ਮੂੰਹ ਦੇਖੇ ਨੂੰ, ਕਿਤੇ ਸਾਡਾ ਅਸੀਂ ਵੀ ਬੱਚੇ ਦਾ ਮੂੰਹ ਦੇਖ ਲਈਏ, ਬੱਚਾ ਸਾਡਾ ਮੂੰਹ ਦੇਖ ਲਵੇ, ਸਾਡੇ ਤਾਂ ਗੋਡਿਆਂ ਤੋਂ ਬੈਠੇ ਹਾਂ, ਅੱਜ ਤਾਂ ਸ਼ੂਗਰ ਹੋਈ ਆ, ਸਭ ਬਿਮਾਰੀਆਂ ਖਿਲ ਰਹੀਆਂ ਆ, ਅਸੀਂ ਤਾਂ ਇਹੋ ਹੀ ਕਹਿੰਦੇ ਵੀ ਸਾਡਾ ਬੱਚਾ ਸਾਡਾ ਮੂੰਹ ਦੇਖ ਲਵੇ, ਅਸੀਂ ਬੱਚੇ ਦਾ ਮੂੰਹ ਦੇਖ ਲਈਏ, ਇਹੋ ਸਾਡੀ ਸਾਰੇ ਭਗਵਾਨ ਕੈਪਟਨ ਸਾਹਿਬ ਮੂਹਰੇ ਵੀ ਇਹੀ ਬੇਨਤੀ ਆ, ਆਪਣੇ ਅਵਰਾਏ ਸਾਹਿਬ ਵੀ ਮੂਹਰੇ ਇਹੀ ਬੇਨਤੀ ਆ, ਤਾਂ ਆਪਣੇ ਭਗਵੰਤ ਮਾਨ ਦੇ ਮੂਹਰੇ ਵੀ ਇਹ ਸਰਕਾਰ ਮੂਹਰੇ ਬੇਨਤੀ ਆ ਵੀ ਸਾਡਾ ਜ਼ਰੂਰ ਵੀ ਸਾਡੀ ਮਦਦ ਕਰੋ, ਸਾਡਾ ਬੱਚਾ ਛੇਤੀ ਤੋਂ ਛੇਤੀ ਲਿਆ ਕੇ ਸਾਡਾ ਬੱਚਾ ਢਿੱਡ ਨਾਲ ਲਾਓ, ਅਸੀਂ ਬੱਚੇ ਦਾ ਮੂੰਹ ਦੇਖ ਲਈਏ, ਬੱਚਾ ਸਾਡਾ ਮੂੰਹ ਦੇਖ। ਹੋਰ ਇੱਕ ਲਾਚਾਰ ਪਿਓ ਹਰ ਕਿਸੇ ਦੇ ਅੱਗੇ ਗਿੜਗਿੜਾ ਰਿਹਾ ਵਾ ਕਿ ਕਿਸੇ ਤਰ੍ਹਾਂ ਵੀ ਮੇਰੇ ਪੁੱਤ ਦਾ ਮੈਨੂੰ ਮੂੰਹ ਦਿਖਾ ਦਿਓ, ਬਹੁਤ 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 ਦੁੱਖਦਾਈ ਮੰਜ਼ਰ ਆ, ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਉਹਦੀ ਮੁੰਡੇ ਦੀ ਭੈਣ ਬੈਠੀ ਹੈ, ਇੱਕ ਸਿਸਟਰ ਬੈਠੀ ਆ, ਉਹਦੇ ਨਾਲ ਵੀ ਆਪਾਂ ਕੁਛ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਇਹਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਦੇ ਮੂਹਰੇ ਇਹ ਹੱਥ ਜੋੜ ਕੇ ਬੇਨਤੀ ਆ ਜੀ, ਮੇਰਾ ਵੀਰ ਘਰ ਲਿਆਂਦਾ ਜਾਵੇ, ਮੈਂ ਹਰ ਸਾਲ ਲੱਕੜੀ ਬੰਨਣ ਆਉਂਦੀ ਹਾਂ, ਲੱਕੜੀ ਬੰਨ ਕਿਹਦੇ ਬੰਨਣੀ, ਮੈਂ ਉੱਥੇ ਬੂਹੇ 'ਤੇ ਮੁੜ ਜਾਂਦੀ ਹਾਂ, ਕੋਈ ਨਹੀਂ ਸਹਾਰਾ ਲੱਕੜੀ ਬੰਨਣ ਦਾ, ਕੋਈ ਨਹੀਂ, ਮੈਂ ਉੱਦੇ ਮੁੜ ਜਾਂਦੀ ਹਾਂ, ਮਾਂ ਪੇ ਮੇਰੇ ਬਿਮਾਰ ਰਹਿੰਦੇ ਆ, ਮਾਂ ਮੇਰੀ ਬਿਮਾਰ ਰਹਿੰਦੀ, ਮੈਂ ਇਹਦਾ ਕਰਕੇ ਇੱਥੇ ਰਹਿੰਦੀ ਹਾਂ, ਕੋਈ ਨਹੀਂ ਸਾਡੀ ਸੁਣਦਾ, ਕਹਿੰਦਾ ਇਹ ਸਰਕਾਰ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਜੀ, ਮੇਰਾ ਵੀਰ ਘਰ ਲਿਆਂਦਾ ਜਾਵੇ। ਇੱਕ ਭੈਣ ਜਿਹੜੀ ਰੱਖੜੀ ਵਾਸਤੇ ਆਪਣੇ ਭਰਾ ਨੂੰ ਉਡੀਕ ਰਹੀ ਆ, ਭੈਣ ਜਿਹੜੀ ਰੱਖੜੀ ਬੰਨ੍ਹਣ ਲਈ ਆਪਣੇ ਭਰਾ ਨੂੰ ਤਰਸ ਰਹੀ ਆ, 14 ਸਾਲ ਤੋਂ ਉਹਦੀਆਂ ਅੱਖਾਂ ਉਡੀਕ ਰਹੀਆਂ ਕਿ ਕਦੋਂ ਮੇਰਾ ਭਰਾ ਆਵੇਗਾ ਅਤੇ ਕਦੋਂ ਮੈਂ ਉਹਦੇ ਗੁੱਟ 'ਤੇ ਰੱਖੜੀ ਬੰਨੂੰਗੀ। ਜਿਹੜੀ ਭੈਣ ਅਤੇ ਭਰਾਵਾਂ ਦਾ ਪਿਆਰ ਹੁੰਦਾ ਉਹ ਬਹੁਤ ਹੀ ਅਮੁੱਲਾ ਆ, ਜਿਹਦੇ ਬਾਰੇ ਬਿਆਨ ਕਰਨਾ ਬਹੁਤ ਮੁਸ਼ਕਲ ਆ। ਸਾਡੇ ਨਾਲ ਨੇ ਸਰਦਾਰ ਸਤਪਾਲ ਸਿੰਘ ਜੀ ਜੋ ਕਿ ਇੱਥੋਂ ਦੇ ਮੈਂਬਰ ਪੰਚਾਇਤ ਵੀ ਨੇ ਅਤੇ ਨਾਲ ਇਹਨਾਂ ਦੇ ਗਵਾਂਢੀ ਨੇ, ਆਪਾਂ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਦੇ ਹਾਲਾਤਾਂ ਬਾਰੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਘਰ ਦੇ। ਸਤਪਾਲ ਜੀ ਤੁਸੀਂ ਦੱਸੋ ਸਾਨੂੰ ਕਿ ਕਿਸ ਤਰ੍ਹਾਂ ਦੇ ਹਾਲਾਤ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਝ ਆ ਵੀ ਜਿਹੜਾ ਲੜਕਾ ਪਰਵਿੰਦਰ ਜੀ ਦਾ, ਇਹਦੇ ਫਾਦਰ ਛਿੰਦਾਲ ਸਿੰਘ ਅਤੇ ਮਦਰ ਇਹ ਮੇਰੇ ਗੁਆਂਢੀ ਆ, ਇਹ ਛੋਟੇ ਹੁੰਦਿਆਂ ਤੋਂ ਹੀ ਬੱਚਾ ਜਿਹੜਾ ਇੱਥੇ ਪੜ੍ਹਿਆ ਸੋ ਅਸੀਂ ਚੰਗੀ ਤਰ੍ਹਾਂ ਇੱਕ ਦੂਜੇ ਨਾਲ, ਸਾਡੇ ਰਿਸ਼ਤੇਦਾਰੀ ਤੋਂ ਬਾਹਰ ਸੰਬੰਧ ਹੈਗੇ ਇੱਕ ਦੂਸਰੇ ਨਾਲ, ਅਤੇ ਘਰ ਦੇ ਵਿੱਚ ਬੜੀ ਗਰੀਬੀ ਹੋਣ ਕਰਕੇ ਅਤੇ ਹਰ ਮਾਂ ਪਿਓ ਹੀ ਸੋਚਦਾ ਵੀ ਚਲੋ ਬੱਚਾ 18 ਸਾਲ ਦਾ ਹੀ ਅਜੇ ਹੋਇਆ ਸੀਗਾ ਅਤੇ ਇਹਦੇ ਨਾਲ ਤਾਂ ਸਾਡੇ ਬੱਚੇ ਗਾਂ ਪੜ੍ਹਦੇ ਸੀਗੇ, ਪੜ੍ਹਦੇ ਰਹੇ ਉਹ ਅਤੇ ਇਕੱਠੇ ਪੜ੍ਹਦੇ ਸੀ, ਇੱਕੋ ਹੀ ਤਕਰੀਬਨ ਇੱਕ ਅੱਧੀਆਂ 2 ਕਲਾਸਾਂ ਦਾ ਫਰਕ ਹੋਊਗਾ, ਅਤੇ ਮਤਲਬ ਇਹਨੂੰ ਤੰਗੀ ਕਰਕੇ ਉਹਨਾਂ ਵਿਚਾਰਿਆਂ ਬਾਹਰ ਭੇਜਿਆ ਸੀਗਾ ਮਾਤਾ ਪਿਤਾ ਨੇ, ਅਤੇ ਉੱਥੇ ਜਾ ਕੇ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਉੱਤੇ ਕੀ ਹਿਸਾਬ ਨਾਲ ਉਹ ਕੇਸ ਪੈ ਗਿਆ ਕਤਲ ਦਾ, ਅਤੇ ਇਹ ਪਰਿਵਾਰ ਹੁਣ ਤੁਹਾਨੂੰ ਜਿੱਦਾਂ ਸਾਡੇ ਸਰਪੰਚ ਸਾਹਿਬਾਨ ਵੀ ਆ ਉਹਨਾਂ ਵੀ ਸਾਰੀ ਸਥਿਤੀ ਇਹਨਾਂ ਦੀ ਬਿਆਨ ਕੀਤੀ ਆ, ਇਹ ਬਹੁਤ ਗਰੀਬੀ ਰੇਖਾ 'ਚ ਚੱਲ ਰਿਹਾ ਪਰਿਵਾਰ ਆ, ਅਤੇ ਇਹਨਾਂ ਦੇ ਕੋਲ ਹੁਣ ਤਾਂ ਜ਼ਮੀਨ ਵੀ ਜਿਹੜੀ ਥੋੜ੍ਹੀ ਬਾਲੀ ਉਹ ਵੀ ਵਿਕ ਗਈ ਇਸੇ ਕੰਮ 'ਚ ਹੀ ਇਹਨਾਂ ਦੀ, ਅਤੇ ਇਹਨਾਂ ਕੋਲ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ, ਅਤੇ
इत्थे जिद्दां कदी सरपंच साहब मदद करदे आ कोई पिंड दे इदां कर करके मतलब इन्हां दा जिहड़ा हैगा वा थोड़ा बड़ा कारोबार बीमार रहिंदे अक्सर ही तो रोज़ ही दवाइया ये भी शुगर का मरीज आ वह भी बीमार रहिंदे गिवे अटैक एक दो बारी आया इन्हां नूं असीं भी एक बारी मैं नाल गया इन्हां दे दो वारी तो दवाई उत्थों लैंदे रहे हां तो बेचारे बीमार रहिंदे आ बाकी बच्चों का कुदरती यह वजोग हों लग जाता माँ प्यो न एक कुदरती गल आ तो जदों बच्चा कोई जाके गया तो कमाई ली फस गया उल्ट जाके तो ये मतलब कुदरती भी इन्हों बड़ा सदमा आया वा जिदे बीमारी की हालत ही बेचारे इदा अपना टाइम बतीत कर डे एक दूजे आसरे सरपंच साहब इन्हों की काफ़ी मदद करते बेचारे जो भी मतलब इन्होंने को सरे ये मतलब पूरी मदद करते तो हूँ भी इन्हें सारा ही दस्या भी किदा मतलब इन्होंने पूरे अपना जोड़ा सहयोग पाउन डे पैसों का भी हर तरह ही पाँगे तो मतलब असी भी साढ़े पिंड लैवल से ज एन आर आई साढ़े बच्चे जोड़े भी बहर है उन्होंने रिक्वेस्ट करा बेनती करा भी इन्हों की माली हालत जी बहुत खराब आ तो चलो किसी तरह वो जो पैसे आठे हो जाए चलो इन्हों की कोई मदद हो जाए उ तो वो बच्चा इन्हों का जोड़ा है वो इन्हों को आ जाए तो चलो छेकली उम्र च कोई लड़का इन्हों का माँ प्यो का बच्चे सहारा होंगे आ तो चलो वो आवे तो इन्हों की चलो डगोरी जी चुके सामभे इन्हों तो चलो मैं तो यही कहना चलो मेरी बेनती है भी चलो इन्ह की माली हालत जी बहुत कमजोर आ तो जे सारे वीर जड़े आपर भी इन्ने थावान उरा परा सब करते ही हाँ तो चलो जे इन कोई मदद हो जाए तो चलो मतलब ये आई इन्हों का बच्चा इन्हों के घर आ जूगा तो चलो इन्हों की मतलब इन्हों भी आसरा हो जूगा चलो वह भी अपना घर आ जूगा इन्हों का भी काम चलता हो जूगा हाँ जी तो ये मेरी बेनती है भी चलो जिन्ना भी कोई सहयोग दे सकता वा इस काम सहयोग दे छोटे बच्चे भी बैठे आ बेटा की लगता सी परमिंदर तड़ा मामा जी उच्ची बोल बेटा मामा जी की कहना चाहोगे तुसी वाहिगुरु जी का खालसा वाहिगुरु जी की फतेह मेरे मामे नु छेती ते छेती कढ़ाउन छेती कढ़ाउन कोशिश करो सानू पैसे दी बहुत मदद चाहिए सारा नगर मुडे मां प्यो भैन सारे यही चाहते आ कि किसी तरह भी परमिंदर अपने घर आए इस वास्ते इन्हां नूं तुहाडी अज लोड़ आ क्योंकि जिहड़ा पंजाब आ जां आपां पंजाबी आ आपां कदे भी किसी भी इहो जिहे मौके ते पिछे नहीं हटे तो इस करके अज इन्हां नूं इस परिवार नूं इन जिहड़े बुढ़े माँ प्यो आ लाचार आ उन्हां नूं तुहाडी जरूरत आ सरपंच साहब किदा जे कोई मदद करनी चाहे तो किदा कर सकता इन्हां दी सर इस तरह सीगा जी पहला अगे भी दो चार वारी कोशिशां कीतियां पर हर वारी साडे कोई ना कोई सिद्धा कमी रह जांदी सी घरे आ के ते किसी ने कोई पैसे नहीं फड़ाउणे जे कोई फड़ा भी जाएगा तो मोस्ट वेलकम करनगे ये असीं भी उहदा धन्नवाद करांगे सो इन्हां दा एक OBC ओरिएंटल बैंक ऑफ कमर्स दे विच एक खाता खुलाया गया जो कि शिंदा सिंह दे नां जी शिंदा सिंह सन ऑफ ठाकर सिंह VPO दानेवाल तहसील शाहकोट डिस्ट्रिक्ट जलंधर इन्हां दा जिहड़ा खाता खुलाया गया वा सो असीं सारे जिहड़े NRI सज्जण आ जां कोई सरकारी मुलाजम आ जां जिहड़े उदा भी सरदे घरों कि जेड़े कुछ ना कुछ दे सकते हैं ये किसी अगे कोई भी इदा की पाबंदी नहीं गी भी कि अपना कोई 5 लख 7 लख किसी के कोलों कोई 2-4 सौ 5 हज़ार 10 हज़ार 20 हज़ार जिन्ना भी कोई दे सकता थोड़े थोड़ा वध तो वध वो दवे इन्हों का एक बैंक अकाउंट जिहड़ा असी अज तो इन्हों खाते खिलाया वा कोई 4-5 महीने पहला वो इन्हों की कापी ली है जी इन्हों की परसनल कापी है जी ये OBC अकाउंट है इन्हों का तो यदा अकाउंट नंबर तुम अपने TV के चैनल थ्रू हाँ जी असं पबलिश कर देवे इन्हों का अकाउंट नंबर इन्हों का फोन नंबर जेडे दानी सज्जन जेडे कोई किसी भी तरह का कॉन्टैक्ट करना चाहते हैं
ਅਸੀਂ ਫੋਨ ਨੰਬਰ ਤੇ ਅਕਾਊਂਟ ਨੰਬਰ ਅਸੀਂ ਉੱਤੇ ਦੇ ਦੇਵਾਂਗੇ ਜੀ। ਫਰਦਰ ਇਨਕੁਆਇਰੀ ਲਈ ਥੱਲੇ ਦੋ ਨੰਬਰ ਦਿੱਤੇ ਜਾਣਗੇ, ਇੱਕ ਮੇਰਾ ਨੰਬਰ ਹੋਊਗਾ, ਇੱਕ ਇਹਨਾਂ ਦਾ ਪਰਸਨਲ ਹੋਊਗਾ ਜੀ। ਕਿਸੇ ਨੂੰ ਵੀ ਕੋਈ ਸ਼ੰਕਾ ਜਾਂ ਕਿਸੇ ਨੇ ਕੁਛ ਵੀ ਇਸ ਬਾਰੇ ਪੁੱਛਣਾ ਆ ਤੇ ਉਹ ਉਹਨਾਂ ਨੰਬਰਾਂ ਤੇ ਪੁੱਛ ਸਕਦਾ, ਅਕਾਊਂਟ ਬਾਰੇ ਜਾਣਕਾਰੀ ਲੈ ਸਕਦਾ, ਮੁੰਡੇ ਬਾਰੇ ਜਾਣਕਾਰੀ ਲੈ ਸਕਦਾ, ਪਿੰਡ ਦੇ ਆਂਢੀਆਂ ਗੁਆਂਢੀਆਂ ਦੇ ਕੋਲੋਂ ਸਾਰੇ ਸਾਡੇ ਇਲਾਕੇ ਨੂੰ ਵੀ ਪਤਾ ਵਾ, ਕਿਉਂਕਿ 14 ਸਾਲ ਹੋ ਗਏ ਮੁੰਡੇ ਨੂੰ ਗਏ ਨੂੰ, ਕਿਸੇ ਕੋਲੋਂ ਵੀ ਇਸ ਬਾਰੇ ਪੁੱਛ ਸਕਦਾ ਜੀ। ਇਹਦੇ ਵਿੱਚ ਕੋਈ ਵੀ ਜਿਹੜਾ ਸੱਚ ਛੁਪਾਇਆ ਨਹੀਂ ਗਿਆ ਜੀ। ਦੇਖੋ ਇਹੀ ਕਹਿਣਾ ਵਾ ਸਰਪੰਚ ਸਾਹਿਬ ਦਾ ਵੀ, ਸਾਰੇ ਨਗਰ ਵਾਲਿਆਂ ਦਾ, ਕਿਉਂਕਿ ਅਸੀਂ ਸਾਰੇ ਨਗਰ ਦੇ ਵਿੱਚ ਘੁੰਮ ਕੇ ਦੇਖਿਆ ਅਤੇ ਮਾਂ ਪਿਓ ਜਿਹੜੇ ਇਹੀ ਚਾਹੁੰਦੇ ਆ ਕਿ ਸਾਡੇ ਕਲੇਜੇ ਦਾ ਟੁਕੜਾ, ਸਾਡੀਆਂ ਅੱਖਾਂ ਦਾ ਤਾਰਾ, ਕੋਈ ਵੀ ਮਦਦ ਕਰਕੇ ਕਿਸੇ ਵੀ ਤਰ੍ਹਾਂ ਦੀ ਸਾਡੇ ਘਰ ਦੇ ਵਿੱਚ ਸਾਨੂੰ ਬੁਲਾਇਆ, ਇੱਕ ਵਾਰੀ ਸਾਨੂੰ ਮਿਲਾ ਦਿੱਤਾ ਜਾਵੇ। ਮੈਂ ਪਰਮਿੰਦਰਜੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ, ਬਹੁਤ ਬਹੁਤ ਧੰਨਵਾਦ।